ਫਿਰੋਜ਼ਪੁਰ ਦੇ ਜਾਮਣੀ ਸਾਹਿਬ ਗੁਰਦੁਆਰਾ ਵਜੀਦਪੁਰ ਵਿੱਚ ਬੀਤੇ ਦਿਨੀ ਸਿਲੰਡਰ ਫਟਣ ਨਾਲ ਇੱਕ ਹਾਦਸਾ ਵਾਪਰ ਗਿਆ ਸੀ, ਜਿਸ ਦੇ ਵਿੱਚ 2 ਸੇਵਾਦਾਰ ਅਤੇ ਕਈ ਬੱਚੇ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਪਹਿਲੇ ਤਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉੱਧਰ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਪੀਕਰ ਕਰਤਾਰ ਸਿੰਘ ਸੰਧਵਾ, ਜੋ ਕਿ ਇਹਨਾਂ ਜ਼ਖਮੀ ਬੱਚਿਆਂ ਦਾ ਹਾਲ ਚਾਲ ਜਾਣਨ ਲਈ ਪੁੱਜੇ, ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਬੱਚਿਆਂ ਦਾ ਇਲਾਜ ਵਧੀਆ ਢੰਗ ਨਾਲ ਕੀਤਾ ਜਾ ਰਿਹਾ। ਉਹਨਾਂ ਨੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਬੱਚਿਆਂ ਦਾ ਜੋ ਇਲਾਜ ਕੀਤਾ ਜਾਵੇ। ਉਹਨਾਂ ਨੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹਨਾਂ ਨੂੰ ਬਾਹਰ ਤੋਂ ਵੀ ਡਾਕਟਰ ਮੰਗਵਾਉਣੇ ਪਏ ਤਾਂ ਵੀ ਉਹ ਇਹਨਾਂ ਬੱਚਿਆਂ ਦਾ ਇਲਾਜ ਕਰਵਾਉਣਗੇ। ਤੁਸੀਂ ਵੀ ਦੇਖੋ ਇਹ ਤਸਵੀਰਾਂ, ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਇਹ ਤਸਵੀਰਾਂ ਤੁਹਾਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਤੋਂ ਦਿਖਾ ਰਹੇ ਹਾਂ, ਜਿੱਥੇ ਸਪੀਕਰ ਕਰਤਾਰ ਸਿੰਘ ਸੰਧਵਾ ਵੱਲੋਂ ਇਹਨਾਂ ਜ਼ਖਮੀ ਬੱਚਿਆਂ ਦਾ ਹਾਲ ਚਾਲ ਜਾਣਿਆ ਜਾ ਰਿਹਾ ਔਰ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਔਰ ਪਰਿਵਾਰਾਂ ਨੂੰ ਭਰੋਸਾ ਵੀ ਦਿਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨੀ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਦੇ ਵਿੱਚ ਇੱਕ ਘਟਨਾ ਵਾਪਰ ਗਈ ਸੀ, ਜਿਸ ਦੇ ਵਿੱਚ ਸਿਲੰਡਰ ਫਟਣ ਦੇ ਨਾਲ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ 2 ਸੇਵਾਦਾਰ ਅਤੇ ਬੱਚੇ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਏ ਔਰ ਝੁਲਸ ਗਏ। ਤੁਸੀਂ ਵੀ ਦੇਖੋ ਇਹ ਤਸਵੀਰਾਂ, ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਵਿਸ਼ੇਸ਼ ਰਿਪੋਰਟ। ਜੇਕਰ ਸਾਡੇ ਫੇਸਬੁੱਕ ਪੇਜ 'ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ। ਜੇਕਰ ਸਾਡੇ ਯੂਟਿਊਬ ਚੈਨਲ 'ਤੇ ਹੋ ਤਾਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਸੀਂ ਪੂਰਾ ਜੋਰ ਲਾਏ ਹੋਏ ਆ, ਪੂਰਾ ਜੋਰ ਲਾਇਆ ਵਜਣ ਦੇ ਬੱਚੇ ਜੋ ਇੱਥੇ ਮੈਂ ਇਹਨਾਂ ਨੂੰ ਕਹਿਤਾ ਪ੍ਰਸ਼ਾਸਨ ਤੋਂ ਵੀ ਮੇਰੇ ਬੱਚੇ ਨੂੰ ਬਾਹਰ ਤੋਂ ਵੀ ਡਾਕਟਰ ਲਿਆ ਕੇ ਮੇਰੇ ਬੱਚੇ ਦੀ ਕੇਅਰ ਕਰੀ। ਕੋਈ ਵੀ ਲੋੜ ਹੋਈ ਮੈਂ ਕਰਵਾਉਂ, ਕੋਈ ਵੀ ਲੋੜ ਹੈ ਮੇਰੇ ਬੱਚੇ, ਮੇਰਾ ਬੱਚਾ ਸਰਦਾਰ ਸਾਡੀ ਡਿਊਟੀ ਹੈ, ਬੱਚੇ ਦੇ ਕੇਸ ਕੱਟੇ ਨਹੀਂ ਨਹੀਂ ਸਾਡੀ ਡਿਊਟੀ ਹੈ। ਕੋਈ ਠੀਕ ਹੈ, ਮੇਰਾ ਬੱਚਾ ਸਰਦਾਰ ਹੈ, ਸਰਦਾਰ ਸੀ ਮੇਰਾ ਬੱਚਾ, ਨਹੀਂ ਗੁਰੂ ਸਾਹਿਬ ਕੀ ਕਰਦਾ ਭੈਣੇ ਗੁਰੂ ਠੀਕ ਹੈ ਕੀਤਾ ਉਹ ਨਹੀਂ ਕਰਦਾ, ਆਪਾਂ ਆਪਣੇ ਹੱਥ ਦੇ ਬਾਈ ਜੋ ਆਪਣੇ ਹੱਥ ਦੇ ਪਰ ਜਿੰਨਾ 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 ਹੋਵੇ ਠੀਕ ਹੈ, ਮੇਰੇ ਬੱਚੇ ਦੀ ਕੰਡੀਸ਼ਨ ਡਾਉਣ ਆ ਜੀ। ਠੀਕ ਹੈ ਬੀਬੀ, ਠੀਕ ਹੈ ਡਾਕਟਰ ਲਿਆ ਕੇ ਮੇਰੇ ਬੱਚੇ ਦੀ ਕੇਅਰ ਕਰੋ, ਆਪਾਂ ਕਰਾਵਾਂਗੇ ਜੋ ਡਾਕਟਰ ਨੂੰ ਲੋੜ ਹੈ। ਡਾਕਟਰ ਸਾਹਿਬ ਨਾਲ ਗੱਲ ਹੋਈ ਹੈ, ਬੱਚਿਆਂ ਦੇ ਜਿਹੜੇ ਅਟੈਂਡੈਂਟਸ ਹੈ, ਪੇਰੈਂਟਸ ਹੈ, ਉਹਨਾਂ ਨਾਲ ਵੀ ਗੱਲ ਹੋਈ ਹੈ। ਇਲਾਜ ਠੀਕ ਚੱਲ ਰਿਹਾ, ਗੁਰੂ ਸਾਹਿਬ ਮਿਹਰ ਕਰਨਗੇ ਔਰ ਕਿਸੇ ਵੀ ਤਰ੍ਹਾਂ ਦੀ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ। ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਹੋਇਆ, ਡਾਕਟਰ ਸਾਹਿਬ ਹੋਰਾਂ ਨਾਲ ਵੀ ਲਗਾਤਾਰ ਟੱਚ ਦੇ ਵਿੱਚ ਹੈ ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਹੈ। ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ, ਡੀ ਸਾਹਿਬ ਨੂੰ ਕਹਿਤਾ ਸੀਗਾ
ਬਾਕੀ ਜੇ ਕੋਈ ਇੱਕ ਬੱਚਾ ਮੈਨੂੰ ਪਤਾ ਲੱਗਿਆ DMC ਹੈ, ਉਹਨੂੰ ਵੀ ਉੱਥੇ ਫੋਲੋਅਪ ਕਰਾਂਗੇ। ਤੋ ਬੜੀ ਅਣਹੋਣੀ ਹੋਈ ਹੈ, ਮੰਦਭਾਗੀ ਘਟਨਾ ਸੀ, ਅਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਹਾਂ। ਪੰਜਾਬ ਸਰਕਾਰ ਵੱਲੋਂ ਖਰਚਾ ਵਗੈਰਾ ਕਿੰਨਾ ਕੀਤਾ ਜਾਏਗਾ? ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਏਗੀ ਅਸੀਂ ਕਰਾਵਾਂਗੇ।